अच्छा जी, आज वीडियो कुछ इस तरह दिया क्योंकि जी जो भी गलबात है श्रोते पापा ने दसंगे दसो जिन भी गलबात है ਨਹੀਂ ਉਹ ਤੇ ਫਿਰ ਮੈਂ ਆਪਣੀ ਵੀਡੀਓ ਬਣਾਉਂਗਾ ਇਨਸ਼ਾਅੱਲਾ ਅੱਲਾਹ ਪਾਕ ਦੀ ਜ਼ਾਤ ਨੇ ਦੇਖਣ ਵਾਲੇ ਤਮਾਮ YouTube ਫੈਮਿਲੀ ਸਾਡੀ ਨੂੰ ਜ਼ਮਾਨ ਚ ਰੱਖੇ ਜੀ ਬਿਲਕੁਲ ਅਸੀਂ ਆਪਣੇ ਪਿਆਰੇ ਜਿੰਨੇ ਸਾਨੂੰ ਮੈਨੂੰ ਔਰ ਸਾਨੂੰ ਦੋਵਾਂ ਜੀਆਂ ਨੂੰ ਮੇਰੇ ਘਰ ਨੂੰ ਮੇਰੇ ਬੱਚਿਆਂ ਨੂੰ ਪਸੰਦ ਕਰਨ ਵਾਲੀ ਆ ਉਹਨਾਂ ਦੀ ਯਕੀਨ ਕਰੋ ਦੋਨੇ ਹੱਥ ਚੱਕ ਕੇ ਸਲੂਟ ਜੀ ਬਿਲਕੁਲ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਹੱਥ ਚੱਕ ਕੇ ਸਲੂਟ ਇਹ ਰਮਜ਼ਾਨ ਦਾ ਮਹੀਨਾ ਮਹਿਮਾਨ ਇੱਕ ਦੋ ਦਿਨ ਦਾ ਦਿਹਾੜੀ ਦਾ ਹਾਂਜੀ ਅੱਜ ਅੱਜ ਮਾਸ਼ਾ 28ਵਾਂ ਰੋਜ਼ਾ ਮਾਰਗਾ ਦੇਖੋ ਯਕੀਨ ਕਰੋ ਮੇਰੇ ਝੋਲੀ ਆ ਸੋਨਾ ਮਾਲਕ ਕਿੰਨੀ ਹੈ ਕੀ ਰਹਿਮਤਾਂ ਮੇਰੇ ਭੈਣ ਭਰਾਵਾਂ ਤੇ ਕਰੇ ਤਾਂ ਮੇਰੀ ਹੱਕ ਸੱਚ ਦੀ ਯਕੀਨ ਕਰੋ ਦਿਲੋਂ ਸਾਫ਼ ਆ ਜੇ ਬਿਲਕੁਲ ਕੋਈ ਸਾਡੇ ਵਿੱਚ ਮੈਲ ਨਹੀਂ ਕੋਈ ਜਿੱਦਾਂ ਲੋਕ ਅੱਜ ਕੱਲ੍ਹ ਕਰ ਰਹੇ ਯਕੀਨ ਉੱਦਾਂ ਦੀ ਸਾਡੇ 'ਚ ਕੋਈ ਯਕੀਨ ਨਹੀਂ ਆ ਝੋਲੀ ਚੱਕ ਕੇ ਦੁਆ ਕਰਦਾ ਤੁਹਾਡਾ ਵੀਰ ਸੋਨਾ ਮਾਲਕ ਤੁਹਾਡੇ ਘਰਾਂ 'ਚ ਰਹਿਮਤ ਕਰੇ ਔਰ ਤੁਹਾਡੇ ਬੱਚਿਆਂ ਨੂੰ ਵੀ ਤੰਦਰੁਸਤੀ ਦੇਵੇ ਔਰ ਤੁਹਾਡੇ ਕਾਰੋਬਾਰ 'ਚ ਅੱਲਾ ਪਾਕ ਦੀ ਜ਼ਾਤ ਆਪਣੀ ਰਹਿਮਤ ਦਾ ਸਾਇਆ ਰੱਖੇ ਸੋਨਾ ਮਾਲਕ ਇੰਨਾ ਕੁ ਦਵੇ ਜਿੰਨਾ ਕਿ ਦਰਿਆਵਾਂ ਸਮੁੰਦਰਾਂ 'ਚ ਪਾਣੀ ਹੈ ਇੰਨਾ ਕਿ ਮੇਰੀ ਇੰਨੀ ਦੁਆ ਵਾ ਮੇਰੇ ਕੋਲ ਮੇਰਾ ਇੰਨਾ ਮੇਰੀ ਸੋਚ ਨਹੀਂ ਮੈਂ ਕੰਮ ਕਰ ਸਕਦੀ ਮੈਂ ਕਹਿੰਦਾ ਇਸ ਤੋਂ ਮੇਰੀ ਸੋਚ ਤੋਂ ਵੀ ਜ਼ਿਆਦਾ ਅੱਲਾ ਪਾਕ ਦੀ ਜ਼ਾਤ ਵੀਰ ਤੁਹਾਨੂੰ ਦਵੇ ਜਿਹੜੇ ਮੇਰੇ ਭੈਣ ਭਰਾਵਾਂ ਨੇ ਸਾਡੀ ਆਵਾਜ਼ ਮੰਨਦੇ ਆ ਸਾਡੇ ਨਾਲ ਸਾਡੀ ਸਪੋਰਟ ਕਰਦੇ ਆ ਸਾਡੇ ਬੱਚਿਆਂ ਵਾਸਤੇ ਇਹ ਲੋਕਾਂ ਨੇ ਨਹੀਂ ਸਾਡੀ ਕਦਰ ਪਛਾਣੀ ਜਿੰਨਾ ਵੀ ਮੈਂ ਕਰ ਲਿਆ ਸੀ ਜਿੰਨਾ ਇਹ ਲੋਕਾਂ ਨੇ ਨਾਮ ਦਾ ਟਿੱਕਾ ਦਿੱਤਾ ਹੀ ਨਹੀਂ ਨਾ ਨਾਮ ਬਾਕੀ ਮੇਰਾ ਸੋਨਾ ਮਾਲਕ ਜਾਣਦਾ ਅਸੀਂ ਦਿਲੋਂ ਕੈਸੇ ਹਾਂ ਇਹਨਾਂ ਲੋਕਾਂ ਨੇ ਸਾਨੂੰ ਨਹੀਂ ਪਛਾਣਿਆ ਤੇ ਨਹੀਂ ਪਛਾਣਿਆ ਤੇ ਕੋਈ ਗੱਲ ਨਹੀਂ ਕੋਈ ਨਹੀਂ ਅਸੀਂ ਆਪਣੇ ਘਰ ਬੈਠੇ ਹਾਂ ਸ਼ੁਕਰ ਅਲਹਮਦੁਲਿਲਾ ਸਾਨੂੰ ਭੈਣ ਭਰਾ ਪਛਾਣਨ ਵਾਲੇ ਅਲਹਮਦੁਲਿਲਾ ਉਹਨਾਂ ਨੇ ਪੁੱਛਿਆ ਦੱਸਿਆ ਸਾਰਾ ਕੁਛ ਉਹਨੇ ਮੇਰੀ ਇੱਕ ਭੈਣ ਆ ਅੱਲਾ ਪਾਕ ਦੀ ਜ਼ਾਤ ਉਹਨਾਂ ਤੰਦਰੁਸਤੀ ਦੇਵੇ ਉਹਨਾਂ ਨੇ ਆਖਿਆ ਵੀ ਜੋ ਮਰਜ਼ੀ ਹੋ ਜਾਏ ਪੁੱਛਿਆ ਮੇਰੇ ਕਿੱਦਾਂ ਮੈਂ ਕਿਹਾ ਵੀਰੇ ਤੁਹਾਡੇ ਸਾਹਮਣੇ ਹਾਲਾਤ ਚੱਲ ਰਹੇ ਸੀ ਕੋਈ ਸ਼ਾਇਦ ਨਹੀਂ ਬੱਚਿਆਂ ਦੀ ਰਹੀ ਉਹਨੇ ਆਖਿਆ ਵੀਰੇ ਨਹੀਂ ਕਿਉਂਕਿ ਸਾਡਾ ਫਰਜ਼ ਬਣਦਾ ਦੇਖੋ ਉਹਨੇ ਕਿਹਾ ਵੀਰੇ ਜੋ ਮਰਜ਼ੀ ਹੋ ਜਾਏ ਮੇਰੇ ਵੀਰ ਨੇ ਪਰੇਸ਼ਾਨ ਨਹੀਂ ਹੋਣਾ ਸੋਹਣੀ ਈਦ ਬੱਚਿਆਂ ਨੂੰ ਸਾਰਾ ਕੁਛ ਲੈ ਕੇ ਦੇਣਾ ਵਾ ਅਤੇ ਬੱਚਿਆਂ ਵਾਸਤੇ ਈਦ ਵਾਸਤੇ ਮੇਰੀ ਭੈਣ ਨੇ ਮੇਰੇ ਬੱਚਿਆਂ ਦੀ ਈਦ ਭੇਜੀ ਆ ਅਤੇ ਅੱਲਾਹ ਪਾਕ ਮੇਰੇ ਘਰ ਨੂੰ ਸ਼ਰਾਬ ਨੂੰ ਰੱਖੇ ਬਹੁਤ ਸ਼ੁਕਰੀਆ ਮੇਰੀ ਭੈਣ ਮੇਰੇ ਦਿਲ ਦੀਆਂ ਗਹਿਰਾਈਆਂ ਦਾ ਸ਼ੁਕਰੀਆ ਆਪਣੀ ਭੈਣ ਦਾ ਆਪਣਾ ਹਾਲਾਤ ਦੇ ਵਜ੍ਹਾ ਨਾਲ ਕੋਈ ਨਹੀਂ ਸੀ ਬਾਕੀ ਮੇਰੇ ਬੱਚਿਆਂ ਦੀ ਮੁਕੱਦਰ ਸੀ ਨਸੀਬ ਚ ਸੀ ਤੇ ਉਹ ਅੱਲਾ ਪਾਕ ਦੀ ਜ਼ਾਤ ਨੇ ਸਾਨੂੰ ਉਸ ਭੈਣ ਦੇ ਜ਼ਰੀਏ ਮੇਰੇ ਮਾਲਕ ਨੇ ਨਵਾਜ਼ਿਆ ਵਾ ਅਤੇ ਅੱਲਾ ਪਾਕ ਦੀ ਜ਼ਾਤ ਉਸ ਭੈਣ ਨੂੰ ਤੰਦਰੁਸਤੀ ਦੇਵੇ ਸਿਹਤ ਦੇਵੇ ਅਤੇ ਇਨਸ਼ਾਅੱਲਾ ਅਤੇ ਉਸ ਮਨ ਮੈਂ ਲਿਆਓ ਲਿਆ ਕੇ ਅਤੇ ਬੱਚਿਆਂ ਦੀ ਜਿਹੜੀ ਛਾਪ ਰਹਿੰਦੀ ਹੈ ਕਿਉਂਕਿ ਜੋ ਵੱਧ ਘੱਟ ਲੈਣ ਦੇਣ ਇਹ ਸਭ ਕੁਛ ਜ਼ਿੰਦਗੀ ਦਾ ਹਿੱਸਾ ਵਾ ਜ਼ਿੰਦਗੀ ਦੇ ਨਾਲ ਆ ਸਭ ਕੁਛ ਅਤੇ ਇਸ ਵਾਸਤੇ ਜਦ ਮੇਰੀ ਯੂਟਿਊਬ ਫੈਮਿਲੀ ਨੂੰ ਸਾਰੀਆਂ ਮੇਰੀਆਂ ਭੈਣਾਂ ਨੂੰ ਪਤਾ ਵਾ ਮਾਸ਼ਾਅੱਲਾ ਰਮਜ਼ਾਨ ਪਹਿਲਾ ਰੋਜ਼ਾ ਹੁੰਦਾ ਵਾ ਅਤੇ ਮੈਂ ਮਾਸ਼ਾਅੱਲਾ ਸ਼ੋਪਿੰਗ ਆਪਣੀ ਔਰ ਬੱਚੇ ਆਪਣੇ ਦੀ ਕਰਕੇ ਰੱਖ ਲੈਂਦੀ ਹਾਂ ਯਕੀਨ ਕਰੋ ਜੇ ਬਾਜੀ ਸਾਡੀ ਭੈਣ ਮੇਰੀ ਨਾ ਭੇਜਦੀ ਤੇ ਅਸੀਂ ਕੋਈ ਨਹੀਂ ਬੰਦੇ ਤੇ ਵਕਤ ਜੀ ਬਿਲਕੁਲ ਸਦਾ ਵਕਤ ਇੱਕ ਜੈਸਾ ਨਹੀਂ ਰਹਿੰਦਾ ਹੈ ਜੀ ਕੰਮ ਵੀ ਅੱਜ 3 ਹਫ਼ਤੇ ਹੋ ਗਏ ਸਾਡਾ ਕੰਮ ਰੁਕਿਆ ਸੀ ਕੰਮ ਨਹੀਂ ਹੋ ਚੱਲਿਆ ਹਾਂਜੀ ਤੇ ਇਸ ਕਰਕੇ ਨਾਲੇ ਨਾ ਇਹ ਬੇਬੀ ਦਾ ਹੁੰਦਾ ਨਾ ਤੁਸੀਂ ਕਿੱਥੇ ਜਾਣਾ ਇੱਕ ਵਾਰ ਕੰਮ ਤੇ ਉਹ ਤੇ ਕੋਈ ਨਹੀਂ ਅੱਲਾ ਪਾਕ ਚਾਹੇ ਤੇ ਉਹ ਬੜੀਆਂ ਜ਼ਰੂਰੀ ਗੱਲ ਹੈ ਤੇ ਨਾਲੇ ਕਿਉਂਕਿ ਜੀ ਜਿਹੜੀ ਸਾਡੀ ਇਧਰਲੀ ਪੈਸਿਆਂ ਵਾਲੀ ਆ ਗੱਲ ਗੱਲ ਸੀ ਸ਼ੁਕਰ ਆ ਸ਼ੁਕਰ ਸੋਹਣੇ ਰੱਬ ਦਾ ਲੱਖ 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 ਹੋਇਆ ਹਾਂਜੀ ਮੈਂ ਆਪਣੀ ਵੀਡੀਓ ਦੇ ਵਿੱਚ ਹਾਂਜੀ ਕੰਪਲੀਟ ਜੋ ਗੱਲਬਾਤ ਦਾ ਜੋ ਕੁਝ ਵੀ ਉਹ ਮੈਂ ਆਪਣੀ ਵੀਡੀਓ ਦੇ ਹਾਂਜੀ ਉਹ ਇਨਸ਼ਾਅੱਲਾ ਮੈਂ ਆਪਣੇ ਭੈਣ ਭਰਾਵਾਂ ਨੂੰ ਸਾਰੀ ਗੱਲ ਜੋ ਵੀ ਬਣ ਹੋਈ ਆ ਜਿੱਦਾਂ ਗੱਲ ਸ਼ੁਰੂ ਤੋਂ ਸਟਾਰਟਿੰਗ ਹੋਈ ਆ ਉਹ ਸਾਡਾ ਕਿਉਂਕਿ ਸਾਡਾ ਫਰਜ਼ ਬਣਦਾ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕਰਨਾ ਜੀ ਜਿਹੜੇ ਸਾਨੂੰ ਸਪੋਰਟ ਔਰ ਪਿਆਰ ਦੇ ਨੇ ਉਹ ਜਿਸ ਤਰੀਕੇ ਤੋਂ ਸ਼ੁਰੂ ਹੋਈ ਸੀ ਨਾ ਅਲਫ ਤੋਂ ਲਾ ਕੇ ਜੇ ਤੱਕ ਮੈਂ ਆਪਣੇ ਭੈਣ ਭਰਾਵਾਂ ਨੂੰ ਜੇ ਮੇਰੇ ਵਲੌਗ ਦੇ ਵਿੱਚ ਮੈਂ ਆਪਣੇ ਭੈਣ ਭਰਾਵਾਂ ਨੂੰ ਜ਼ਰੂਰ ਸ਼ੇਅਰ ਕਰੂੰਗਾ ਔਰ ਉਸ ਮੇਰੀ ਵੀਡੀਓ ਦਾ ਇੰਤਜ਼ਾਰ ਕਰਨਾ ਇਨਸ਼ਾਅੱਲਾ ਮੇਰੇ ਭੈਣ ਭਰਾਵਾਂ ਨੇ ਤੇ ਕਿਉਂਕਿ ਆਪਣੇ ਭਰਾ ਦੀ ਜਿਹੜੀ ਰਾਮ ਕਹਾਣੀ ਆ ਉਹ ਮੇਰੇ ਭੈਣ ਭਰਾ ਸਾਰੇ ਸੁਣ ਲੈਣਗੇ ਤੇ ਕਿਉਂਕਿ ਸਾਡੇ ਭੈਣ ਭਰਾ ਫਿਰ ਪਰੇਸ਼ਾਨ ਮੇਰੀਆਂ ਭੈਣਾਂ ਵੀ ਮੇਰੇ ਵੀਰ ਵੀ ਕਾਫੀ ਪਰੇਸ਼ਾਨ ਹੁੰਦੇ ਆ ਵਿਸ਼ਾਲ ਬਣੇ ਕੀ ਬਣਿਆ ਕੀ ਬਣਿਆ ਕੀ ਮਸਲਾ ਬਣਿਆ ਤੇ ਕਿੱਥੋਂ ਦੀ ਗੱਲ ਪਹੁੰਚੀ ਆ ਉਹ ਇਨਸ਼ਾਅੱਲਾ
बाजार क्योंकि मैं तैयार हो बच्चों की जो जो कुछ लेके आवांगी जो कुछ शॉपिंग करके आवांगी अज ते शेयर करांगी जरूर ते शुक्र अलहमदुल्ला शुक्र सुन रब दा लख लख वारी ना साडी जिंदगी थोड़ी थोड़ी जी सुकून च हो गई है हुण बस ते अगला जो भी सीन होगा वह अपने बाजार जावांगी अपने मैं शेयर करांगी जी बाजार आ गई मैं ते हुण लगी हां जी मैं लैन लैस लगी हां लैन अपने बट्टे दे नाल ते ओ वाली हुण करदी हां कुछ मनजाई का समान लेना वा थोड़ा बहुत मन इतने मनजाई का भी नाल ही समान और लैसा वगैरह भी नाल ही है देखो लैसा वगैरह भी और ऐशा भैन ने कहा वा मैनू बटन भी दे लिया क्या भी ऐशा के बटन भी लेने और ऐशा के मोती भी लेने उनके सूट लाने वह भी उन्हें ऐशा ने मेरे सिर पर जिम्मेदारी सीटी आप तू भी लैके आने तो दुपट्टे पीको करने वास्ते भी देने तो और सब तो पहले थोड़ी लेनी है लैस तो इतने माशाल्लाह हर शे लाती है मनियाई का जोड़ा मर्जी समान लै लो बहुत बड़ी दुकान है माशाल्लाह अच्छा जी दुपट्टे देख के तो हूँ मैं आ गई हूँ जी इधर वड्डी मनियाई दुकान पर जबरदस्त इतराज ही फिशल लैदियाँ लगियाँ फेयर लवली क्रीम लिया एक देखो और पाउडर लिया लगियाँ और बच्चों वास्ते मेकअप का समान छोटा मोटा लगी लिया चलो बच्चों वास्ते लै लें अच्छा जी इधर है लिपस्टिक छोटा आईलाइनर लिप ग्लॉस सब कुछ है अच्छा जी मैं आ गई हूँ बर्तना वाली दुकान ते उतो लिया वा बुरश एक जाले लाने वास्ते क्योंकि सफाइया कर इस वास्ते ना जाले लाने वास्ते लिया क्योंकि जाले लाने वाला नहीं सी है तो हूँ मैं लगी हाँ जी कुछ कप वगैरह लैन और गिलास वगैरह लैन क्योंकि कप गिलास नहीं है ईद का दिन ना तो इस वास्ते कप गिलास मैं जी लै लव तो हूँ मैं लव पसंद कर दी पसंद करके तो फिर मैं ले लूँगी जोड़े अच्छे अच्छे लगे ना वो वाले लवानी बई वो वाले कप खाइयो ना ना दे 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 हाँ जी गोल्डन हल्का गोल्डन अच्छा जी ये भी हो गया से दिखाए नहीं ये नहीं नहीं लेना ना अच्छा एक और भी है लाइट कलर जबरदस्त और सिर्फ छह पीस बाय ग्लास सिर्फ छह पीस बस गिलास भी पसंद गिलास भी दिखाओ गिलास बाजू उधर लेते हैं सारे उधर लगे थे अच्छा जी मैं हमें गिलास लेने हैं तो
जी मैं आ गई जी शहरों हूँ वापसी घर ते घर आंदे जी देखो शोदे पापा दे काम कल मेनू पट्टन नहीं सी देन दे ते अज अज पीछे सारा पट के बैठे ने सवेरे बैसाखी दी पहली आ अच्छा बैसाखी तो पहले पहले लसन पट लेना चाहिदा नहीं ते फिर एक खिरन ला पेंदा अच्छा थले सारा पट लिया माशाल्लाह जी सारा पट तला सा सके मैं सफाई भी करके फिर इथे लावांगे भिंडी मिर्चा ये देखो लसन दी ऐदा ऐदा करो थोड़ा देखो माशाल्लाह सारा घर दा लसन देखो माशाल्लाह किडा मोटा पौड़ियां कमरे च खिलारना पैना आपां नूं आ वाला ना जिहड़ा ਇਹ ਆਪਾਂ ਨੂੰ ਖਲਾਰਨਾ ਪੈਣਾ ਪੌੜੀਆਂ ਵਾਲੇ ਕਮਰੇ 'ਚ ਜਗ੍ਹਾ ਬਣਾ ਕੇ ਆਵਾਂ ਇਹਨੂੰ ਖਲਾਰਨਾ ਇਦਾਂ ਪਤਲਾ ਪਤਲਾ ਇਹਨੂੰ ਹਵਾ ਫਿਰ ਇਹ ਸੁੱਕੂਗਾ ਫਿਰ ਇਹਨੂੰ ਇਹਦੀਆਂ ਗੁੱਟੀਆਂ ਬਣਾਵਾਂਗੇ ਜਾਂ ਪਿਛਲੇ ਕਮਰੇ 'ਚ ਨਾ ਖਲਾਰ ਦਈਏ ਕਿਉਂਕਿ ਚਾਰ ਪੰਗਾ ਉਰੇ ਉਰੇ ਡਾਲ ਨੇ ਉੱਤੇ ਠੀਕ ਉੱਤੇ ਹਵਾ ਖੁੱਲੀ ਫਿਰਦੀ ਆ ਅੱਛਾ ਕੱਲ ਉਹਦੇ ਘਰ 'ਚ ਪੱਟੇ ਮਾਸ਼ਾਅੱਲਾ ਉੱਚੀ ਹੋਗਾ ਚੰਗਾ ਭਲਾ ਲਸਣ ਮੈਂ ਆਪਣਾ ਸਾਰ ਸਕੂਨ ਨਾਲ ਨਿਕਲ ਜਾਂ ਲੈਣਾ ਨਹੀਂ ਪੈਣਾ ਆਪਾਂ ਨੂੰ ਹਾਂਜੀ ਚਲੋ ਮਾਸ਼ਾਅੱਲਾ ਦੇਖੋ ਜੀ ਸਾਰਾ ਲਸਣ ਮਾਸਾ ਸਾਰਾ ਪੱਟਿਆ ਗਿਆ ਬਹੁਤ ਜ਼ਬਰਦਸਤ ਸਾਡਾ ਨਾ ਆਪਣੀ ਖੇਤੀ ਦੇ ਵਿੱਚੋਂ ਆਪਣੇ ਮੁਰੱਬੇ ਚ ਸਾਡਾ ਸਾਡਾ ਮੁਰੱਬਾ ਸਾਡੇ ਬੂਹੇ ਦੇ ਅੱਗੇ ਆ ਜੀ ਹਾਂਜੀ ਤੇ ਮੈਂ ਰੋਜ਼ਾ ਵੀ ਖੁਆ ਲਗਿਆ ਕਿਉਂਕਿ ਜੀ ਮੇਰਾ ਅੱਜ ਰੋਜ਼ਾ ਕੋਈ ਨਹੀਂ ਸੀ ਹੈਗਾ ਐਵੇਂ ਬੰਦਾ ਝੂਠ ਕੇ ਬੋਲੇ ਤੇ ਮੈਂ ਹੁਣ ਨਾ ਬਾਕੀ ਜਿਹੜਾ ਸਮਾਨ ਆ ਉਹ ਦਿਖਾ ਲਾਂਗੀ ਰੋਜ਼ਾ ਖੁਆ ਲਗਿਆ ਜੀ ਮਾਸ਼ਾਅੱਲਾ ਜਠਾਈਵਾਂ ਰੋਜ਼ਾ ਵਾ ਮਾਸ਼ਾਅੱਲਾ ਤੇ ਵੀਡੀਓ ਐਂਡ ਤੱਕ ਕਰਦੀ ਹਾਂ ਸਾਡਾ ਇਹਦੀ ਵੀਡੀਓ ਅਗਰ ਮੇਰੇ ਭਾਵੇਂ ਪਸੰਦ ਆਵੇ ਲਾਈਕ ਔਰ ਸ਼ੇਅਰ ਕਰੀਓ ਔਰ ਕਮੈਂਟ ਵਿੱਚ ਲਾਜ਼ਮੀ ਦੱਸਿਓ ਸੰਦ ਇਜਾਜ਼ਤ ਅੱਲਾ ਹਾਫਿਜ਼ ਅਤੇ ਜਿਹੜੀ ਮੈਂ ਸ਼ੋਪਿੰਗ ਕਰਕੇ ਲਿਆਉਂਦੀ ਆ ਉਹ ਮੈਂ ਆਪਣੇ ਦੂਸਰੇ ਵਲੋਗ 'ਚ ਦਿਖਾ ਲਾਂਗੀ ਉਹ ਵੀ ਲਾਜ਼ਮੀ ਮੇਰੇ ਭੈਣ ਬਾਈ ਦੇਖਿਓ ਔਰ ਵੀਡੀਓ ਮੇਰੀ ਮੁਕੰਮਲ ਵਾਚ ਕਰੀਓ ਮੈਨੂੰ ਮੇਰੇ ਭੈਣ ਬਾਈ ਬਹੁਤ ਜ਼ਿਆਦਾ ਸਪੋਰਟ ਦੀ ਜ਼ਰੂਰਤ ਆ ਸਪੋਰਟ ਕਰੀਓ ਅਤੇ ਬੇਟੀ ਮੇਰੀ ਆਉਂਦੀ ਮੇਰੇ ਮੈਂ ਸ਼ਹਿਰ ਹੋ ਕੇ ਆਈ ਹਾਂ ਅਤੇ ਵਿੰਡੋ ਸ਼ਿੰਡੋ ਹਰ ਸ਼ਹਿਰ ਸਾਫ਼ ਕਰਨ ਦੀ ਦੇਖੋ ਚਲਾ ਜਾ ਸ਼ਾਮਾਂ ਦਿਖਾ ਲਾ ਜਾ ਅੱਛਾ ਚਲਾ ਜਾਓ ਆ ਜਾਓ ਅੱਜ ਸ਼ਾਮਾਂ ਦਿਖਾ ਲਾ ਤੀਰੀਆਂ ਸ਼ਾਮਾਂ ਲੈ ਕੇ ਲੈ ਕੇ ਅਤੇ ਸੰਦ ਇਜਾਜ਼ਤ ਅੱਲਾ ਹਾਫਿਜ਼ ਕਿਉਂਕਿ ਸ਼ਾਮ ਪੈ ਗਈ ਆ ਅਤੇ ਹੁਣ ਮੈਂ ਰੋਟੀ ਵੀ ਪਕਾਉਣੀ ਆ ਸਾਲਣ ਪਿਆ ਹੋਇਆ ਉਹ ਰੋਟੀ ਇਕੱਲੀ ਪਕਾਉਣੀ ਆ ਓਕੇ ਜੀ ਅੱਲਾ ਹਾਫਿਜ਼ ਸ਼ੋਦੇ ਪਾਪਾ ਹੁਣ ਆ ਦੇਖੋ ਇੱਥੇ ਜਗ੍ਹਾ ਦੇ ਬਣਾਉਣ ਲਸਣ ਵਾਸਤੇ ਆ ਦੇਖੋ ਅੱਛਾ ਇੱਥੇ ਰੱਖਣਾ ਵਾ ਚੁੱਕੇ ਕਰ ਦਈਏ ਚੁੱਕੇ ਤੇ ਲਸਣ ਜੀ ਅਸੀਂ ਰੱਖਣ ਲੱਗੇ ਇੱਥੇ ਇਹ ਸੁਬਾਹ ਕਰ ਲੂ ਮੈਂ ਆਪੇ ਲਸਣ ਰੱਖਾਂਗੇ ਇੱਥੇ ਲਸਣ ਸੁੱਕੂਗਾ ਫਿਰ ਇਹ ਤੋਂ ਬਾਅਦ ਚੱਕਾਂਗੇ ਹਾਂਜੀ ਚਲੋ